ਪੰਜਾਬ ਵਿੱਚ ਸੱਤਾ ਦੀ ਤਬਦੀਲੀ ਤੋਂ ਬਾਅਦ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸੇ ਤਹਿਤ ਅਜਨਾਲਾ ਵਿੱਚ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ BLS ਕੰਪਨੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ SDM ਨੂੰ ਵੀ ਮੰਗ ਪੱਤਰ ਦਿੱਤਾ। ਇਸ ਮੌਕੇ ਤੇ SDM ਨੇ ਮਾਮਲਾ ਵਿਚਾਰ ਕੇ ਕਾਰਵਾਈ ਕਰਨ ਦੀ ਗੱਲ ਕਹੀ। ਨਾ ਸਾਨੂੰ ਕੋਈ ਛੁੱਟੀ ਦਿੱਤੀ ਜਾਂਦੀ ਆ, ਤੇ ਜੇ ਕੋਈ ਛੁੱਟੀ ਮੰਗਦਾ ਜਾਂ ਕਿਸੇ ਨੇ ਯੂਨੀਫਾਰਮ ਨਹੀਂ ਪਾਈ ਇੱਕ ਦਿਨ ਤੇ ਉਹਨੂੰ ਟਰਮੀਨੇਟ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਵਾ। ਤੇ ਅਸੀਂ ਅੱਜ ਆਪਣਾ SDM ਸਾਹਿਬ ਨੂੰ ਮੰਗ ਪੱਤਰ ਦੇ ਰਹੇ ਹਾਂ, ਤੇ ਜੇ ਕੱਲ ਸਾਡੀ ਸੈਲਰੀ ਨਹੀਂ ਆਉਂਦੀ ਸੋਮਵਾਰ ਤੱਕ ਤਾਂ ਅਸੀਂ ਇਦਾਂ ਹੀ ਧਰਨਾ ਜਾਰੀ ਰੱਖਾਂਗੇ। ਇਹਨਾਂ ਦੀਆਂ ਕੁਝ ਮੰਗਾਂ ਨੇ ਜੀ, ਸਭ ਤੋਂ ਬੇਸਿਕ ਇਹਨਾਂ ਦੇ ਕਿ ਇਹਨਾਂ ਨੂੰ ਸੈਲਰੀ ਨਹੀਂ ਮਿਲੀ ਕਾਫੀ ਮਹੀਨਿਆਂ ਤੋਂ, ਦੂਜਾ ਇਹਨਾਂ ਦੀ ਵਰਕਿੰਗ ਆਵਰ ਜ਼ਿਆਦਾ ਨੇ, ਤੇ ਛੁੱਟੀ ਇਹਨਾਂ ਨੂੰ ਸਿਰਫ ਸੰਡੇ ਦੀ ਛੁੱਟੀ ਹੁੰਦੀ ਆ ਤੇ ਉਹ ਵੀ ਕਿਸੇ ਵਗੈਰਾ ਨੂੰ ਨਹੀਂ ਮਿਲਦੀ। ਹੋਰ ਵੀ ਇਹਨਾਂ ਦੀ ਕੁਝ ਮੰਗਾਂ ਨੇ ਕਿ ਕੁਝ ਮਜਬੂਰੀ ਜਾਂ ਕੁਝ ਇੰਪਲਾਈਜ਼ ਨੂੰ ਰਿਜ਼ਾਈਨ ਕਰਨਾ ਪਿਆ, ਤੇ ਇਸ ਲਈ ਇਹਨਾਂ ਦੀ ਮੇਨ ਜਿਹੜੀ ਮੇਰੇ ਹਿਸਾਬ ਨਾਲ ਮੇਨ ਇਹਨਾਂ ਦੀ ਸੈਲਰੀ ਦੀ ਡਿਮਾਂਡ ਹੈਗੀ ਆ, ਉੱਪਰ ਇਹਨਾਂ ਦੀ ਸੈਲਰੀ ਜਿਹੜੀ ਹੈਗੀ ਆ ਡਿਮਾਂਡ ਇਹ ਪਹੁੰਚਾਈ ਜਾਵੇਗੀ ਤਾਂ ਕਿ ਇਹਨਾਂ ਨੂੰ ਜਸਟਿਸ ਮਿਲ ਸਕੇ।